ਬੇਸ਼ੱਕ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਕਿਸੇ ਵੀ ਮੰਡੀ 'ਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ ਹੈ। ਉੱਥੇ ਹੀ ਦੂਜੇ ਪਾਸੇ ਅਨਾਜ ਮੰਡੀ ਸਰੰਦ ਵਿੱਚ ਸਫਾਈ ਦੇ ਪ੍ਰਬੰਧਾਂ ਦੀ ਪੋਲ ਖੁੱਲਦੀ ਵੀ ਨਜ਼ਰ ਆ ਰਹੀ ਹੈ। ਜਿਹੜਾ ਮੇਨਲੀ ਨਾ ਜੀ ਸੀਜ਼ਨਲ ਪ੍ਰਬੰਧ ਕਣਕ ਆਉਣ 'ਤੇ ਪੂਰੇ ਹੋਣੇ ਚਾਹੀਦੇ ਆ ਜੀ। ਸਾਡੇ ਲਗਭਗ ਸਾਰੇ ਮੰਡੀਆਂ ਦੀ ਸਫਾਈ ਹੋ ਚੁੱਕੀ ਹੈ ਜੀ। ਲਾਈਟਾਂ ਪਾਣੀ ਦੇ ਪ੍ਰਬੰਧ ਅਸੀਂ ਸ਼ਿਫਟ ਕਰ ਰਹੇ ਹਾਂ ਨਾਲ ਨਾਲ, ਠੀਕ ਹੈ ਜੀ। ਅਜੇ ਤੱਕ ਅਰਾਈਵਲ ਜਿਹੜੀ ਆ ਉਹ ਮੇਰੇ ਖਿਆਲ 'ਚ 13 ਤੋਂ ਪਹਿਲਾਂ ਨਹੀਂ ਆਉਂਦੀ, ਠੀਕ ਹੈ ਜੀ। ਉਦੋਂ 19 ਦਿਨ ਤੱਕ ਉਹਦੀ ਸਾਂਭ ਸੰਭਾਲ ਮੇਨਟੇਨੈਂਸ ਔਖੀ ਹੁੰਦੀ ਹੈ ਜੀ। ਬਾਕੀ ਇਹ ਹੈ ਵੀ ਜਿਹੜਾ ਇਹ ਪਬਲਿਕ ਹੈਲਥ ਤੋਂ ਅਸੀਂ ਇਸ਼ੂ ਕਰਾਉਣੀਆਂ ਹੁੰਦੀਆਂ ਜੀ। ਮੰਡੀ ਦੇ ਵਿੱਚ ਇੱਦਾਂ ਹੈ ਵੀ ਸਰਕਾਰ ਨੇ ਕਿਹਾ ਜੀ ਵੀ 1 ਅਪ੍ਰੈਲ ਤੋਂ ਸਾਡੀ ਜਿਹੜੀ ਖਰੀਦ ਏਜੰਸੀਆਂ ਆਉਣਗੀਆਂ ਉਹ ਖਰੀਦ ਸ਼ੁਰੂ ਕਰਨਗੀਆਂ, ਪਰ ਉੱਥੇ ਨਾ ਤਾਂ ਪੀਣ ਦਾ ਪਾਣੀ ਦਾ ਪ੍ਰਬੰਧ ਹੈ, ਨਾ ਕਿਸਾਨ ਦੇ ਛਾਵਾਂ ਬੈਠਣ ਲਈ ਕੋਈ ਜਗ੍ਹਾ ਹੈਗੀ ਹੈ, ਨਾ ਉੱਥੇ ਸਫਾਈ ਹੈ, ਨਾ ਉੱਥੇ ਟੋਇਲਟਾਂ ਦਾ ਕੋਈ ਪ੍ਰਬੰਧ ਹੈ। ਤੁਸੀਂ ਮੌਕਾ ਦੇਖ ਸਕਦੇ ਹੋ ਜਾ ਕੇ ਆਪਣਾ, ਉੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ। ਜੇ ਕਿਸਾਨ ਉੱਥੇ ਕਣਕ ਲੈ ਕੇ ਵੀ ਆਉਂਦਾ ਤਾਂ ਕਿਸਾਨ ਬੈਠੂ ਕਿੱਥੇ? ਅਸੀਂ ਤਾਂ ਇਹ ਸੋਚ ਰਹੇ ਤਾਂ ਉੱਥੇ ਕੋਈ ਵੀ ਪ੍ਰਬੰਧ ਨਹੀਂ ਹੈਗਾ। ਤੁਸੀਂ ਮੌਕਾ ਦੇਖ ਸਕਦੇ ਹੋ, ਕੋਈ ਸਫਾਈ ਨਹੀਂ ਕੀਤੀ, ਕਿਸੇ ਪਿੰਡ ਦੀ ਸਫਾਈ ਨਹੀਂ ਹੈਗੀ, ਕੋਈ ਕਿਸੇ ਦਾ ਕਿਸੇ ਤਰ੍ਹਾਂ ਦਾ ਇੰਤਜ਼ਾਮ ਨਹੀਂ ਹਾਲੇ ਤੱਕ ਹੋਇਆ ਅੱਜ ਦੀ ਡੇਟ ਤੱਕ।